ਮੈਨੂੰ ਲੱਗਦਾ ਵੀ ਇਹ ਸ੍ਰਿਸ਼ਟੀ ਦਾ ਪੂਰਾ ਇੱਕ ਕਾਨੂੰਨ ਜਿਹੜਾ ਬਣਾਇਆ ਉਸ ਵਾਹਿਗੁਰੂ ਨੇ, ਉਹਦੇ ਵਿੱਚ ਟੁੱਟਣਾ ਅਤੇ ਜੁੜਨਾ ਇਜ਼ ਅ ਪਾਰਟ ਆਫ ਲਾਈਫ। ਬੰਦਾ ਇੱਕ ਇਹੋ ਜਿਹਾ ਰੇਡੀਓ ਆ ਜਿਹੜਾ ਉਹ ਫਰੀਕੁਐਂਸੀ ਉਹਦੀ ਫੜਦਾ, ਉਹਦੇ ਦਿਲ ਫੜਦਾ। ਜਿੱਧਰ ਨੂੰ ਪਰਮਾਤਮਾ ਤੁਹਾਨੂੰ ਲਈ ਜਾਂਦਾ ਉਸ ਰਾਹ 'ਤੇ ਤੁਰੇ ਚੱਲੋ, ਜਾਂ ਇਸ ਦੁੱਖ ਨੂੰ ਹਟਾ ਤਾਂ ਉਹ ਤੁਹਾਨੂੰ ਹਟਾਉਣਾ ਚਾਹੀਦਾ। ਪ੍ਰੋਬਲਮਸ ਆਉਂਦੀਆਂ, ਠੀਕ ਹੁੰਦੀਆਂ ਆਉਂਦੀਆਂ, ਅਤੇ ਐਟ ਦੀ ਐਂਡ ਫਿਲਮ ਬਣ ਗਈ ਪੈਣੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਮੈਂ ਜਸਵਿੰਦਰ ਕੌਰ। 12 ਜੁਲਾਈ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਉੱਚਾ ਦਰ ਬਾਬੇ ਨਾਨਕ ਦਾ, ਔਰ ਸ਼ਾਇਦ ਇਹ ਸਾਡੇ ਸਭ ਲਈ ਬਹੁਤ ਜ਼ਰੂਰੀ ਉਹ ਸਿਨੇਮਾ ਹੈ ਜਿਸ ਦੀ ਉਮੀਦ ਅਸੀਂ ਹਮੇਸ਼ਾ ਕਰਦੇ ਹਾਂ। ਤਰਨਵੀਰ ਜਗਪਾਲ ਸਿੰਘ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਬਹੁਤ ਸੋਹਣੀਆਂ ਫਿਲਮਾਂ ਦਿੱਤੀਆਂ ਨੇ, ਯਾਦਗਾਰ ਫਿਲਮਾਂ ਦਿੱਤੀਆਂ ਨੇ। ਸੋ ਗੱਲਬਾਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਭੈਣੇ, ਸ਼ੁਕਰੀਆ ਜੀ। ਤੁਹਾਡੀ ਬਣਾਈ ਫਿਲਮ ਦਾਣਾ ਪਾਣੀ ਮੈਨੂੰ ਇੰਨੀ ਕੁ ਪਸੰਦ ਹੈ ਕਿ ਜਦੋਂ ਵੀ ਕਦੀ ਮੈਂ ਲੋ ਫੀਲ ਕਰਦੀ ਹਾਂ ਤਾਂ ਮੈਂ ਉਹ ਫਿਲਮ ਵੇਖ ਲੈਂਦੀ ਹਾਂ। ਮੈਨੂੰ ਲੱਗਦਾ ਕਿ ਹੁਣ ਉਸ ਸੀਰੀਜ਼ ਦੇ ਵਿੱਚ ਉੱਚਾ ਦਰ ਬਾਬੇ ਨਾਨਕ ਦਾ ਵੀ ਜੁੜ ਜੂਗੇ। ਥੈਂਕ ਯੂ ਭੈਣੇ ਇੰਨੇ ਸੋਹਣੇ ਸ਼ਬਦਾਂ ਦੇ ਲਈ। ਯੈਸ 100% ਭੈਣੇ, ਇੰਨੀ ਤਾਂ ਪੱਕੀ ਗਰੰਟੀ ਆ ਵੀ ਇਹ ਫਿਲਮ ਮੈਨੂੰ ਐਂ ਲੱਗਦਾ ਵੀ ਮੋਟੀਵੇਟ ਕਰੂਗੀ, ਬਹੁਤ ਬਹੁਤ ਮੋਟੀਵੇਟ ਕਰੂਗੀ। ਯੈਸ, ਬਹੁਤ ਸਾਰੇ ਲੋਕ ਹੈ ਜਿਹੜੇ ਸਿਨੇਮਾ ਨਾਲ ਜੁੜੇ ਹੋਏ ਆ, ਉਸ ਸਿਨੇਮਾ ਦੇ ਵਿੱਚ ਵਿਚਰਦੇ ਰਹਿੰਦੇ ਆ, ਲੇਕਿਨ ਮੈਂ ਤੁਹਾਡੀ ਪ੍ਰੈਜੈਂਸ ਓਨੀ ਕੁ ਵੇਖੀ ਹੈ ਜਿੰਨਾ ਕੁ ਤੁਹਾਨੂੰ ਕੰਮ ਹੈ। ਉਸ ਤੋਂ ਇਲਾਵਾ ਸ਼ਾਇਦ ਤੁਹਾਡੀ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਪੱਖ ਹੈ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਸਮਾਂ ਦਿੰਦੇ ਹੋਵੋਗੇ। ਸੋ ਸਿਨੇਮਾ ਦਾ ਹੋ ਕੇ ਸਿਨੇਮਾ 'ਚ ਕੰਮ ਕਰਦੇ ਹਾਂ, ਉਸ ਤੋਂ ਵੱਖਰੇ ਰਹਿਣਾ ਇਹ ਕਿੰਨਾ ਕੁ ਔਖਾ ਹੁੰਦਾ ਹੈ? ਭੈਣੇ ਇੰਨਾ ਔਖਾ ਤਾਂ ਨਹੀਂ ਹੈਗਾ, ਕਰਕੇ ਉਹੀ ਲਾਈਫ ਦੇ ਵਿੱਚੋਂ ਮੈਨੂੰ ਲੱਗਦਾ ਕਿ ਉਹਨਾਂ ਚੀਜ਼ਾਂ ਦੇ ਵਿੱਚੋਂ ਹੀ ਸਿਨੇਮਾ ਮਿਲ ਰਿਹਾ, ਇੱਕ ਮੈਨੂੰ ਲੱਗਦਾ ਕਿ ਉਹੀ ਜ਼ਿੰਦਗੀ ਦੇ ਵਿੱਚੋਂ ਤੁਹਾਨੂੰ ਕਹਾਣੀਆਂ ਮਿਲਦੀਆਂ। ਸੋ ਇਸ ਕਰਕੇ ਕੁਛ ਔਖਾ ਨਹੀਂ, ਬਸ ਹਾਂ ਵੀ ਆਪਦਾ ਸਮਾਂ ਜਿੱਧਰ ਨੂੰ ਪਰਮਾਤਮਾ ਤੁਹਾਨੂੰ ਲਈ ਜਾਂਦਾ ਉਸ ਰਾਹ 'ਤੇ ਤੁਰੇ ਚੱਲੋ, ਕਿ ਜੇ ਵਾਹਿਗੁਰੂ ਕਹਿ ਰਿਹਾ ਵੀ ਆਹ ਜ਼ਿੰਦਗੀ 'ਚ ਤੁਹਾਡੇ ਆਹ ਇੱਕ ਪਾਰਟ ਆ, ਇਸ ਪਾਰਟ ਨੂੰ ਮਾਣ ਹੋਣ, ਜਾਂ ਇਸ ਦੁੱਖ ਨੂੰ ਹਟਾ ਤਾਂ ਉਹ ਤੁਹਾਨੂੰ ਹਟਾਉਣਾ ਚਾਹੀਦਾ, ਉਹਦੇ ਪਿੱਛੇ ਵੀ ਉਹਦੀ ਰਜ਼ਾ ਹੈ। ਅਸੀਂ ਤੁਹਾਨੂੰ ਇਹ ਕਹਿ ਸਕਦੇ ਹਾਂ ਕਿ ਤੁਹਾਨੂੰ ਹਮੇਸ਼ਾ ਹੌਸਲਾ ਰੱਖਣਾ ਚਾਹੀਦਾ, ਕਿਉਂਕਿ ਤੁਸੀਂ ਕਈਆਂ ਲਈ ਇੰਸਪੀਰੇਸ਼ਨ ਇਸ ਲਈ ਬਣ ਸਕਦੇ ਹੋ। ਤੁਸੀਂ ਆਪਣੇ ਆਪ ਨੂੰ ਨਹੀਂ ਬਦਲਿਆ, ਇਹ ਇੰਡਸਟਰੀ ਤੁਹਾਨੂੰ ਬਹੁਤਾ ਬਦਲਣ ਲਈ ਕਹਿੰਦੀ ਹੈ, ਸੋ ਇਸ ਲਈ ਸ਼ਾਇਦ ਤੁਸੀਂ ਵੱਖਰੇ ਵੀ ਵਿਖਦੇ ਹੋ। ਥੈਂਕ ਯੂ ਭੈਣੇ, ਤੁਸੀਂ ਇੰਨੇ ਨਿੱਘੇ ਸ਼ਬਦ ਦੱਸਦੇ ਹੋ ਤਾਂ ਮੈਨੂੰ ਵਧੀਆ ਚੰਗਾ ਫੀਲ ਹੁੰਦਾ ਓਨੈਸਟਲੀ, ਅਤੇ ਕੋਸ਼ਿਸ਼ ਕਰ ਰਿਹਾ, ਕੋਸ਼ਿਸ਼ ਕਾਮਯਾਬ ਰਹੂਗੀ। ਉੱਚਾ ਦਰ ਬਾਬੇ ਨਾਨਕ ਦਾ ਫਿਲਮ ਪਹਿਲੇ ਵੀ ਬਣ ਚੁੱਕੀ ਹੈ, ਲੇਕਿਨ ਇਸ ਫਿਲਮ ਦੀ ਕਹਾਣੀ ਸਾਨੂੰ ਮੁੜ ਤੋਂ ਯਾਦ ਕਰਾਉਂਦੀ ਹੈ ਕਿ ਤੁਹਾਡੇ ਲਈ ਤੁਹਾਡਾ ਪਰਿਵਾਰ ਹੈ ਨਾ ਜਿਹੜਾ, ਉਹ ਸਭ ਤੋਂ ਪ੍ਰਾਇਓਰਿਟੀ 'ਤੇ ਹੋਣਾ ਚਾਹੀਦਾ। ਤੁਸੀਂ ਕੁਛ ਵੀ ਬਣੋ ਆਪਣੀ ਜ਼ਿੰਦਗੀ 'ਚ, ਕਰੀਅਰ ਨੂੰ ਇੰਪੋਰਟੈਂਸ ਦਿਓ, ਲੇਕਿਨ ਤੁਹਾਡੇ ਰਿਸ਼ਤੇ ਤੁਹਾਡੇ ਨਾਲ ਆਖਰ ਤੱਕ ਰਹਿੰਦੇ ਹੈ, ਜਿਹਦਾ ਗੈਪ ਅੱਜ ਅਸੀਂ ਮਹਿਸੂਸ ਕਰਦੇ ਹਾਂ। ਤੁਹਾਨੂੰ ਮਿਲ ਕੇ ਇੱਦਾਂ ਮਹਿਸੂਸ ਹੁੰਦਾ ਕਿ ਤੁਹਾਡੀ ਜਿਹੜੀ ਪਰਵਰਿਸ਼ ਹੈ ਉਹ ਸ਼ਾਇਦ ਬਹੁਤ ਬਿਹਤਰ ਇਨਵਾਇਰਮੈਂਟ 'ਚ ਹੋਈ ਹੋਏਗੀ, ਜਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਰਿਅਲਾਈਜ਼ ਕਰਦੇ ਹੋ। ਸੋ ਇਹ ਕਹਾਣੀ ਤੁਹਾਡੇ ਤੱਕ ਕਿਵੇਂ ਪਹੁੰਚੀ ਜਾਂ ਤੁਹਾਡੇ ਅੰਦਰ ਕਿਵੇਂ ਉਪਜੀ? ਇਹਨੇ ਤੁਸੀਂ ਪਰਵਰਿਸ਼ ਦੀ ਗੱਲ ਕਰਤੀ ਕਹਿਤੀ ਹੈ ਨਾ, ਇਹ ਤਾਂ ਮੇਰੇ ਮਾਪਿਆਂ ਦੇ ਸ਼ੁਕਰ, ਥੈਂਕ ਯੂ ਹੈ ਨਾ ਉਹਨਾਂ ਦਾ, ਆਪਾਂ ਕਦੇ ਵੀ ਦੇਣਾ ਦੇ ਨਹੀਂ ਸਕਦੇ ਆਪਦੇ ਮਾਂ ਬਾਪ ਦਾ ਨਾ। ਅਤੇ ਫਿਲਮ ਦੀ ਕਹਾਣੀ ਤਾਂ ਮੈਂ ਤੁਹਾਨੂੰ ਓਨੈਸਟਲੀ ਦੱਸਾਂ ਵੀ ਬੰਦਾ ਇੱਕ ਇਹੋ ਜਿਹਾ ਰੇਡੀਓ ਆ ਜਿਹੜਾ ਉਹ ਫਰੀਕੁਐਂਸੀ ਉਹਦੀ ਫੜਦਾ, ਉਹਦੇ ਦਿਲ ਫੜਦਾ। ਜਦੋਂ ਤੁਸੀਂ ਉਹਦੀ ਫਰੀਕੁਐਂਸੀ ਫੜ ਲੈਂਦੇ ਹੋ ਭੈਣੇ, ਫਿਰ ਤੁਹਾਨੂੰ ਓਨੈਸਟਲੀ ਪਤਾ ਹੀ ਨਹੀਂ ਲੱਗਦਾ ਵੀ ਤੁਸੀਂ ਕੀ ਕਰ ਰਹੇ ਹੋ। ਮੈਂ ਐਵੇਂ ਮੈਂ ਕਹੀ ਜਾਵਾਂ, ਮੈਂ ਨਾ ਬਹੁਤ ਸਮਾਂ ਲਾਇਆ ਜੀ ਲਿਖਣ ਲਈ, ਮੈਂ ਪਹਾੜਾਂ 'ਤੇ ਚਲ ਗਿਆ ਜਾਂ ਮੈਂ ਫਲਾਨਾ ਉੱਥੇ ਚਲ ਗਿਆ, ਇਹੋ ਜਿਹਾ ਕੁਛ ਨਹੀਂ ਹੋਇਆ ਭੈਣੇ। ਇਹ ਫਿਲਮ ਦੀ ਕਹਾਣੀ ਜ਼ਹਿਨ 'ਚ ਆਈ, ਚੀਜ਼ ਨੂੰ ਲਿਖਿਆ, ਕੋਸ਼ਿਸ਼ ਕੀਤੀ, ਪ੍ਰੋਬਲਮਸ ਆਉਂਦੀਆਂ, ਠੀਕ ਹੁੰਦੀਆਂ ਆਉਂਦੀਆਂ, ਅਤੇ ਐਟ ਦੀ ਐਂਡ ਫਿਲਮ ਬਣ ਗਈ ਭੈਣੇ। ਅਤੇ ਬਾਕੀ ਇਨਸਾਨੀਅਤ ਨੂੰ, ਇਨਸਾਨ ਬਣਨ ਵੱਲ ਨੂੰ ਦਿਖਾਉਂਦੀ ਹੋਈ ਇਹ ਫਿਲਮ ਆ, ਸੋ ਇੱਕ ਕੋਸ਼ਿਸ਼ ਕੀਤੀ ਆ ਭੈਣੇ। ਅਤੇ ਬਾਕੀ ਹੁਣ ਤੁਹਾਡੇ ਸਿਰ ਮੱਥੇ ਆ, 12 ਜੁਲਾਈ ਨੂੰ ਆ ਜਾਣੀ ਆ ਜੀ ਸਭ ਦੇ ਸਾਹਮਣੇ।
ਨਾ ਤੁਸੀਂ ਬਹੁਤ ਚੰਗੇ ਹੁੰਦੇ ਹੋ ਜਾਂ ਤੁਸੀਂ ਅਸੀਂ ਹਮੇਸ਼ਾ ਇਨਸਾਨੀਅਤ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਾਂ ਤਾਂ ਨਾ ਉਹ ਚੰਗੇ ਲੋਕਾਂ ਨਾਲ ਬਹੁਤ ਬੁਰਾ ਹੁੰਦਾ ਹੈ। ਇਹ ਸਵਾਲ ਅਸੀਂ ਕਈ ਵਾਰ ਰੱਬ ਨੂੰ ਵੀ ਕਰਨ ਲੱਗ ਜਾਂਦੇ ਹਾਂ ਕਿ ਸਾਡੇ ਨਾਲ ਅਜਿਹਾ ਕਿਉਂ। ਤੁਹਾਡਾ ਵੀ ਕਦੀ ਦਿਲ ਟੁੱਟਦਾ, ਕਦੀ ਹੌਸਲਾ ਹਾਰਦੇ ਹੋ? ਹਾਂਜੀ ਭੈਣੇ, ਟੁੱਟਦਾ ਜਾਂਦਾ ਕਦੀ ਕਦੇ, ਅਤੇ ਪਰ ਜਦੋਂ ਟੁੱਟਦਾ ਫਿਰ ਉਦੋਂ ਬਾਅਦ ਜਦੋਂ ਜੁੜਦਾ ਉਹ ਡਿਫਰੈਂਟ ਫੀਲਿੰਗ ਹੁੰਦੀ ਆ। ਸੋ ਮੈਨੂੰ ਲੱਗਦਾ ਵੀ ਇਹ ਸ੍ਰਿਸ਼ਟੀ ਦਾ ਪੂਰਾ ਇੱਕ ਕਾਨੂੰਨ ਜਿਹੜਾ ਬਣਾਇਆ ਉਸ ਵਾਹਿਗੁਰੂ ਨੇ, ਉਹਦੇ ਵਿੱਚ ਟੁੱਟਣਾ ਅਤੇ ਜੁੜਨਾ ਇਜ਼ ਅ ਪਾਰਟ ਆਫ ਲਾਈਫ। ਜਿਵੇਂ ਤੁਸੀਂ ਕਿਸੇ ਨਾਲ, ਕਿਸੇ ਇਨਸਾਨ ਨਾਲ ਅਟੈਚ ਹੁੰਦੇ ਆ, ਸੋ ਕੁਛ ਸਮੇਂ ਬਾਅਦ ਤੁਸੀਂ ਡਿਟੈਚ ਹੋਣਾ ਹੀ ਹੋਣਾ। ਸੋ ਜ਼ਿੰਦਗੀ ਦਾ ਫਲਸਫਾ ਹੀ ਮੈਨੂੰ ਲੱਗਦਾ ਇੱਡਾ ਹੈਗਾ ਵੀ ਸੰਜੋਗ ਵਿਜੋਗ ਦੋਹੇ ਕਾਰ ਚਲਾਵੇ ਲਿਖੇ ਆਵੇ ਭਾਗ। ਸੋ ਜ਼ਿੰਦਗੀ 'ਚ ਮਿਲਣਾ ਅਤੇ ਵਿਛੜਨਾ ਇਜ਼ ਅ ਪਾਰਟ ਆਫ ਲਾਈਫ। ਤੁਸੀਂ ਹੁਣ ਆਏ ਹੋ, ਇੱਥੇ ਬੈਠੇ ਹੋ, ਸੋ ਆਪਣਾ ਹੀ ਮਿਲਣਾ ਲਿਖਿਆ ਹੋਇਆ ਸੀ ਉਸ ਵਾਹਿਗੁਰੂ ਨੇ, ਬਟ ਹੁਣ ਤੋਂ ਕੁਛ ਸਮੇਂ ਬਾਅਦ ਤੁਸੀਂ ਇੱਥੋਂ ਚਲੇ ਜਾਣਾ। ਸੋ ਦੈਟਸ ਇਟ, ਇਹੀ ਲਾਈਫ। ਇੱਡਾ ਕੀ ਸਿਸਟਮ ਆ ਬਣਾਇਆ ਜੀ। ਬਹੁਤ ਸਾਰੇ ਲੋਕ ਆਪਣੇ ਗਾਏ ਹੋਏ ਗੀਤ ਨਹੀਂ ਸੁਣਦੇ, ਆਪਣੀਆਂ ਬਣਾਈਆਂ ਫਿਲਮਾਂ ਨਹੀਂ ਵੇਖਦੇ। ਤੁਸੀਂ ਕਿਹਾ ਮੈਂ ਟ੍ਰੇਲਰ ਦੁਬਾਰਾ ਵੇਖਣਾ ਚਾਹੁੰਦਾ, ਯਾਨੀ ਕਿ ਤੁਸੀਂ ਉਹਨੂੰ ਇੰਨੇ ਪਿਆਰ ਨਾਲ ਬਣਾਇਆ। ਇਹ ਆਪਣੀ ਬਣਾਈ ਹੋਈ ਚੀਜ਼ ਨੂੰ ਇੰਨੀ ਮੁਹੱਬਤ ਕਰਨ ਵਾਲੇ ਲੋਕ ਵੀ ਬਹੁਤ ਘੱਟ ਮਿਲਦੇ ਆ। ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਥੈਂਕ ਯੂ ਭੈਣੇ, ਥੈਂਕ ਯੂ ਦਿਲੋਂ, ਥੈਂਕ ਯੂ ਤੁਹਾਡਾ ਜੀ, ਬਹੁਤ ਬਹੁਤ ਧੰਨਵਾਦ।